ਗਾਤਾ ਦੁਸ਼ਮਣਾਂ ਨੇ ਬਈ ਜੇ ਕਿਤੇ ਮਾੜਾ ਮੋਟਾ ਨਾ ਰਹਿ ਗਿਆ ਬੂਟਾ ਨਹੀਂ ਕਹਿੰਦੇ ਵੀ ਦੀਪ ਸਿਆਂ ਜਾਂਦਾ ਜਾਂਦਾ ਬਹੁਤ ਜਾਦਾਂ ਦੇ ਗਿਆ ਬੇਬੇ ਨੇ ਪ੍ਰੋਫਾਈਲ ਫੋਟੋ ਲਾਈ ਹੋਈ ਹੈ ਬਾਈ ਦੀਪ ਸਿੱਧੂ ਦੀ ਬਹੁਤ ਦੂਰ ਅੰਦੇਸੀ ਸੀ ਬਾਈ ਦੀਪ ਦੀ ਸੋਚ ਹੈ ਨਾ ਤੇ ਬਹੁਤ ਲੋਕ ਕਹਿ ਦਿੰਦੇ ਅਸੀਂ ਦੀਪ ਨਾਲ ਆ ਪਰ ਦੀਪ ਵਾਲੀਆਂ ਗੱਲਾਂ ਤੇ ਨਹੀਂ ਖੜਦੇ ਆ ਬੇਬੇ ਦੇਖ ਲੋ ਬੇਬੇ ਵਿਚਾਰੀ ਬਾਈ ਦੀਪ ਦੀਆਂ ਗੱਲਾਂ ਤੇ ਖੜੀ ਹੈ ਤੇ ਪਹਿਰਾ ਦੇ ਰਹੀ ਹੈ ਬਾਈ ਦੀਪ ਦੀ ਫੋਟੋ ਪ੍ਰੋਫਾਈਲ ਆਪਣੇ ਫੋਨ ਤੇ ਲਾਈ ਹੋਈ ਹੈ ਤੇ ਮੋਰਚੇ ਚ ਡਟੀ ਹੋਈ ਹੈ ਬੇਬੇ ਤੇ ਯਾਦ ਕਰਕੇ ਭਾਵਕ ਵੀ ਹੋ ਜਾਂਦੀ ਹੈ ਬਾਈ ਦੀਪ ਨੂੰ ਕਿਉਂਕਿ ਅੰਦੋਲਨ ਦੇ ਵਿੱਚ ਬੇਬੇ ਬਾਈ ਦੀਪ ਸਿੱਧੂ ਨਾਲ ਰਹੀ ਹੈ ਜਦੋਂ ਅਸੀਂ ਕਿਸਾਨੀ ਅੰਦੋਲਨ ਲੜਿਆ ਹਨਾ ਬੇਬੇ ਕਿੰਨਾ ਕੁ ਯਾਦ ਆਉਂਦੀ ਹੈ ਦੀਪ ਦੀ ਬੇਬੇ ਬਥੇਰੀ ਯਾਦ ਆਉਂਦੀ ਕੀ ਕਰੀ ਕਿੰਨੀ ਕੁ ਯਾਦ ਆਉਂਦੀ ਹੈ ਫਿਰ ਵੀ ਹੌਲ ਪੈਂਦੇ ਆ ਜਦੋਂ ਬਾਈ ਮੇਰੇ ਪੁੱਤ ਦੀ ਫੋਟੋ ਲਾਈ ਹੋਈ ਸੀ ਛੋਟੇ ਦੀ ਜਿਹੜਾ ਮਗਰੋਂ ਮਰਿਆ ਓਹਦੀ ਫੋਟੋ ਲਾਈ ਸੀ ਓਹਦੀ ਲਹਾ ਕੇ ਮੈਂ ਫੋਟੋ ਲਾਈ ਬਾਈ ਦੀਪ ਦੀ ਫੋਟੋ ਲਾਈ ਇਹ ਵੀ ਮੇਰੇ ਪਿੰਡ ਗਿਆ ਤੇ ਤੇ ਕਹਿੰਦਾ ਜਾ ਬੇਬੇ ਫੋਟੋ ਤਾਂ ਕਰਾ ਲੈ ਅੱਛਾ ਤੇਰੇ ਪਿੰਡ ਗਿਆ ਨਹੀਂ ਜਾਂਦਾ ਜਾਂਦਾ ਆਹੀ ਨਿਸ਼ਾਨੀ ਦੇਣੀ ਸੀ ਮੈਨੂੰ ਚਲੀ ਫੋਟੋ ਰਹੇਗੀ ਯਾਦਾਂ ਬਣ ਕੇ ਰਹੇਗੀ ਜੇ ਕੋਈ ਇਹਨੂੰ ਬਦਲ ਲੈਣਾ ਨਾ ਕੁਛ ਹੋਰ ਲਾ ਨਾ ਮੇਰਾ ਦਿਲ ਘਟਣ ਲੱਗ ਜਾਂਦਾ ਅੱਛਾ ਜਦੇ ਲਵਾਉਂਦਾ ਇੰਨਾ ਮੋਹ ਆਉਂਦਾ ਬਾਈ ਦੀਪ ਦਾ ਕਿੱਧਰ ਚਲਾ ਗਿਆ ਮੁੜ ਕੇ ਨਹੀਂ ਆਇਆ ਹਨਾ ਥਿਉਣਾ ਹੀ ਨਹੀਂ ਥਿਉਣਾ ਹੀ ਨਹੀਂ ਕਿਤੋਂ ਬਾਲੀ ਵੱਡੀ ਸੋਚ ਸੀ ਬੇਬੇ ਹਨਾ ਉਹਨੂੰ ਵੀ ਏਡੇ ਏਡੇ ਟੈਕ ਦਿੱਤੇ ਨੇ ਕੀ ਕਰੀਏ ਤਾਂ ਹੀ ਕਹਿੰਦੇ ਆ ਮੈਂ ਗਦਾਰੀ ਦਾ ਖਿਤਾਬ ਦੇਣ ਲੱਗੇ ਤਾਂ ਮਿੰਟ ਲਾਉਂਦੇ ਨੇ ਹਾਂ ਕਮਾਉਣਾ ਬਹੁਤ ਔਖਾ ਬਿਲਕੁਲ ਗਦਾਰੀਆਂ ਦਾ ਹੱਟ ਹੈ ਕਿ ਮਿੰਟਾਂ ਹੀ ਦੇ ਦਿੰਦੇ ਆ ਜਿੰਨਾ ਕਹਦੇ ਉਹਨਾਂ ਔਖਾ ਕਮਾਉਣਾ ਉਹਨੇ ਤਾਂ ਕੁਛ ਵੀ ਨਹੀਂ ਦੇਖਿਆ ਅਸਲ ਬੇਬੇ ਨੌਜਵਾਨੀ ਨੂੰ ਅੱਗੇ ਨਹੀਂ ਆਉਣ ਦਿੰਦੇ ਅੰਦੋਲਨ ਚ ਆਪਾਂ ਲੜਿਆ ਬਾਈ ਲੱਖੇ ਤੇ ਬਾਈ ਦੀਪ ਨੇ ਅੱਗੇ ਹੋ ਕੇ ਲੀਡ ਕਰੀ ਹੈ ਜਿੰਨਾ ਦੋਆਂ ਨੂੰ ਇਹਨਾਂ ਨੇ ਗਦਾਰ ਦਾ ਖਿਤਾਬ ਦਿੱਤਾ ਸੀ ਲੋਕ ਲੋਕ ਵਕਤ ਕੱਟੇ ਨੇ ਹਾਂ ਲੋਕ ਲੋਕ ਕੇ ਲੋਕ ਲੋਕ ਵਕਤ ਕੱਟੇ ਨੇ ਇਹਦੀ ਖਾਤਰ ਲੋਕਾਂ ਨੂੰ ਪਤਾ ਹਨਾ ਕੋਈ ਕਿਤੇ ਲੱਖਾਂ ਦਾ ਐਡਾ ਨਾਂਗਾ ਤੀ ਬਹੁਤ ਦੂਰੇ ਤਾਂ ਇੱਥੇ ਹੀ ਵਿਚਾਰਾ ਟਿੱਬਿਆਂ 'ਚ ਧੱਕੇ ਖਾਂਦਾ ਫਿਰਿਆ ਹਾਂ ਕਦੇ ਬਹੁਤ ਔਖੇ ਹੋਏ ਨੇ ਦੋਏ ਨਾਂਗਾ ਕਦੇ ਕਿਤੇ ਨਾਂਗਾ ਭਈਆਂ ਕੋਲੇ ਚੌਥਾ ਕਾ ਵਕਤ ਪੂਰਾ ਕੀਤਾ ਜਿਹੜਾ ਇਹ ਜੇ ਮਾਕਬਲ ਬਿਸਤਰਿਆਂ 'ਚ ਪੈਣ ਵਾਲਾ ਬੰਬੇ ਦੀ ਧਰਤੀ ਛੱਡ ਕੇ ਹਨਾ ਆਪਦਾ ਸਾਰਾ ਕੁਛ ਛੱਡ ਕੇ ਆ ਗਿਆ ਹਨਾ ਕੁਛ ਵੀ ਨਹੀਂ ਸੋਚਿਆ ਕਿਸੇ ਵੀ ਚੀਜ਼ ਕੰਨੀ ਹੋਏ ਨਹੀਂ ਸੋਚਿਆ ਵੀ ਮੇਰਾ ਆਹ ਖਰਾਬ ਹੋ ਜੂ ਇੱਕ ਉਹਨੂੰ ਤਾਂ ਐ ਪੰਜਾਬ ਏ ਦੀ ਨਾ ਤੀ ਜਵਾਨੀ ਹੁੰਦੀ ਨਹੀਂ ਤੀ ਆਪਣੀ ਜਵਾਨੀ ਦਿੰਦੀ ਗੱਲ ਤਾਂ ਦੁਸ਼ਮਣਾਂ ਨੇ ਵੀ ਜੇ ਕਿਤੇ ਮਾੜਾ ਮੋਟਾ ਨਾ ਰਹਿ ਗਿਆ ਬੂਟਾ ਨਹੀਂ ਹੁਣ ਤਾਂ ਨਹੀਂ ਉੱਚੀ ਉੱਚੀ ਪਦਵੀ ਚੜ ਹੁਣ ਤਾਂ ਨਹੀਂ ਆਉਣਾ ਬੇਬੇ ਮੁੜ ਕੇ ਕਦੇ ਦੀਪ ਨੇ ਹਨਾ ਹੋ ਸਕਦਾ ਉਹਦੀ ਰੂਹ ਤੇਰੇ ਚ ਵੀ ਆ ਸਕਦੀ ਹੈ ਇਹ ਨੀ ਪਤਾ ਵੀ ਕਿਹਦੇ ਚ ਆ ਜੇ ਉਹ ਮੰਦਾ ਆਇਆ ਤੀ ਆਪਣੇ ਕੋਲੇ ਉਹ ਵਾਹਿਗੁਰੂ ਉਹਦੇ ਜੀਵ ਤੇ ਵਸਦਾ ਉਹਦੇ ਦਿਮਾਗ ਚ ਵਸਦਾ ਇਹ ਨੀ ਪਤਾ ਵੀ ਕਿਹੜੀ ਰੂਹ ਚ ਆ ਜੇ ਬਿਲਕੁਲ ਆਊਗਾ ਆਊਗਾ ਆਊ ਜਿੱਥੇ ਪੰਜਾਬ ਦੀ ਲੜਾਈ ਛੱਡ ਗਏ ਉੱਥੋਂ ਸ਼ੁਰੂ ਕਰੂ ਆ ਕੇ ਇਹਦਾ ਫਿਰ ਆਉਣ ਵਾਲਾ ਵਕਤ ਹੈ ਦੱਸੂ ਹੁਣ ਆਪਾਂ ਕਹਿੰਦੇ ਆ ਭਿੰਡਰਾਂ ਵਾਲੇ ਨੂੰ ਜਿੰਨੀ ਚਿਣਕ ਚਲੋ ਭਿੰਡਰਾਂ ਵਾਲੇ ਨੇ ਆਪਦਾ ਰੋਲ ਅਦਾ ਕੀਤਾ ਹਨਾ ਜਿੰਨੀ ਚਿਣਕ ਦੀਪ ਸਿੱਧੂ ਲਾ ਗਿਆ ਪੰਜਾਬ ਨੂੰ ਓਨੀ ਸੁਰਤ ਕੋਈ ਨੀ ਤੀ ਆਪਾਂ ਗਏ ਤੀ ਉੱਥੇ ਉੱਥੋਂ ਕਿੰਨਾ ਕੁਛ ਲੈ ਕੇ ਆਏ ਕਿੰਨੀ ਕਿੰਨਾ ਜਾਗਰੂਕ ਹੋ ਗਈ ਦੁਨੀਆ ਬਿਲਕੁਲ ਬਹੁਤ ਜ਼ਿਆਦਾ ਦੁਨੀਆ ਜਾਗਰੂਕ ਹੋ ਗਈ